ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਪਿਓ ਦਾ ਨਹੀਂ ਬੰਨਦੇ, ਅਕਾਲ ਪੁਰਖ ਦੇ ਨਹੀਂ ਬੰਨਦੇ, ਜਿੰਨਾ ਚਿਰ ਅਕਾਲ ਪੁਰਖ ਦੇ ਨਹੀਂ ਬੰਨਦੇ ਉਨਾ ਚਿਰ ਤੁਹਾਨੂੰ ਨਾਮ ਨਹੀਂ ਮਿਲਦਾ। ਕਿਉਂ ਨਾਮ ਮਿਲ ਲਈ ਉਹਦੇ ਪੁੱਤਰ ਬਣਨਾ ਪੈਂਦਾ ਅਕਾਲ ਪੁਰਖ ਦੇ। ਸਨਸ ਆਫ ਦੀ ਮੋਸਟ ਹਾਈ, ਤਦੇ ਬਣੋਗੇ। ਪਹਿਲਾਂ ਕੱਚੇ ਪਿਓ ਦਾ ਬਣੋਗੇ, ਫਿਰ ਪੱਕੇ ਦਾ ਬਣੋਗੇ। ਕੱਚੇ ਪਿਓ ਦਾ ਹੁੰਦਾ ਭਾਰ, ਭਾਰ ਲੱਗਦਾ, ਕੱਪੜੇ ਨੂੰ ਭਾਰ ਲਾਈਦਾ ਨਾ, ਅਤੇ ਇਸ ਕਰਕੇ ਕੱਚੇ ਪਿਓ ਜਦੋਂ ਬੰਨਦੇ ਉਦੋਂ ਭਾਰ ਲੱਗ ਜਾਂਦਾ, ਤੁਹਾਨੂੰ ਫਿਰ ਰੰਗ ਚੜ੍ਹਦਾ ਉੱਪਰ ਉਹਦੇ। ਜੇ ਪਾਈ ਹਨੇ ਫਿਰ ਰੰਗ ਨਹੀਂ ਚੜ੍ਹਦਾ। ਜੋ ਲੋੜੀ ਏ ਲੋੜੀ ਲੋੜੀ ਦੇ ਰਾਮ, ਜਿਹੜਾ ਰਾਮ ਨੂੰ ਚੰਗੇ ਲੱਗਦੇ ਨੇ, ਸੇਵਕ ਸਹੀ ਕਾਢੀਏ ਕਾਢਿਆ ਕਾਂਢਿਆ, ਉਹੀ ਸੇਵਕ ਜਿਹੜੇ ਨੇ ਉਹ ਅਖਾਉਂਦੇ ਨੇ, ਉਹਦੇ ਰਾਮ ਦੇ ਸੇਵਕ ਅਖਾਉਂਦੇ, ਉਹ ਸੰਤ ਹੁੰਦੇ ਨੇ। ਨਾਨਕ ਜਾਣੇ ਸਤ ਸਾਈ, ਨਾਨਕ ਕਹਿੰਦੇ ਵੀ ਉਸ ਜਾਣੇ ਸਤ ਸਾਈ, ਸਤ ਦਾ ਸਾਈ ਅਕਾਲ ਪੁਰਖ ਸਤਪੁਰਖ। ਸੰਤ ਨਾ ਬਾਹਰਾ ਬਾਹਰਾ, ਸੰਤ ਜਿਹੜਾ ਉਹਦੇ ਤੋਂ ਵੱਖਰਾ ਨਹੀਂ ਹੁੰਦਾ ਉਹਦੇ ਨਾਲ, ਸੰਤ ਅਤੇ ਸਤਪੁਰਖ ਇੱਕ ਹੁੰਦੇ ਨੇ, ਉਹ ਸਾਈ ਦੇ ਨਾਲ ਇੱਕ ਇੱਕ ਮਿੱਕ ਹੈਗੇ ਨੇ। ਉਹ ਸੰਤ ਜਿਹੜਾ ਬਾਹਰਾ ਨਹੀਂ ਹੈਗਾ, ਵੱਖਰਾ ਨਹੀਂ ਹੈਗਾ ਉਹਦੇ ਤੋਂ। ਸੰਤ ਮਿਲ ਜਲ ਜਲੇ ਗੱਟਾ ਗਟਾਣਾ ਰਾਮ, ਇਹ ਇੱਦਾਂ ਹੈਗਾ ਜਿੱਦਾਂ ਕਿ ਪਾਣੀ ਹੁੰਦਾ ਨਾ ਸਮੁੰਦਰ ਵਿੱਚ ਪੈਂਦਾ ਹੈਗਾ, ਅਤੇ ਉਹ ਉੱਥੋਂ ਦਰਿਆਵਾਂ 'ਚ ਆਉਂਦਾ ਹੈਗਾ, ਨਾਲੀਆਂ 'ਚ ਆਉਂਦਾ ਹੈਗਾ, ਉਹ ਪਾਣੀ ਮਿਲ ਕੇ ਫਿਰ ਸਮੁੰਦਰ ਵਿੱਚ ਪੈ ਜਾਂਦਾ। ਜਦੋਂ ਪੈ ਜਾਂਦਾ ਤਾਂ ਸਮੁੰਦਰ ਦੇ ਪਾਣੀ 'ਚ ਰਚ ਜਾਂਦਾ ਹੈਗਾ, ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਇਹ ਸੰਤ ਜਿਹੜਾ ਹੈਗਾ ਉਹ ਸਤਪੁਰਖ ਦੇ ਨਾਲ ਰਚਿਆ ਹੋਇਆ ਹੁੰਦਾ ਹੈਗਾ, ਉਹਦਾ ਅਤੇ ਸਤਪੁਰਖ ਦੇ 'ਚ ਕੋਈ ਫਰਕ ਨਹੀਂ ਹੈਗਾ। ਸੰਗ ਜੋੜੀ ਸੰਗ ਜੋਤੀ, ਜੋਤ ਮਿਲਾਣਾ ਰਾਮ। ਇਸ ਤਰ੍ਹਾਂ ਹੀ ਜੋਤੀ ਜੋਤ ਜਿਹੜਾ ਆਦਮੀ ਦੀ ਜੋਤ ਅਤੇ ਅਕਾਲ ਪੁਰਖ ਰਾਮ ਦੀ ਜੋਤ, ਉਹ ਇੱਕ ਹੋ ਜਾਂਦੀ ਹੈਗੀ। ਤਦੇ ਭਗਤ ਕਬੀਰ ਜੀ ਕਹਿੰਦੇ ਮੈਂ ਅਤੇ ਰਾਮ ਇੱਕ ਹੈਗੀ ਹਾਂ, ਮੇਰੀ ਜੋਤ ਅਤੇ ਰਾਮ ਦੀ ਇੱਕੋ ਹੈਗੀ। ਅਤੇ ਚੌਥੇ ਪਦ ਦਾ ਜਿਹੜਾ ਆਦਮੀ ਹੁੰਦਾ ਉਹ ਇੱਕ ਹੋ ਜਾਂਦਾ, ਇੱਕਮਿਕ ਹੋ ਜਾਂਦਾ ਅਕਾਲ ਪੁਰਖ ਨਾਲ। ਇਸ ਸਤਿਗੁਰੂ ਅਰਜਨ ਦੇਵ ਜੀ ਜਿਹੜੇ ਸੀਗੇ ਚੌਥੇ ਪਦ ਦੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣਿਆ। ਅੱਛਾ, ਜੋਤੀ ਜੋਤ ਸਮਾਏ ਹੁੰਦਾ ਸਮਾਂ ਲੈ ਸਮਾਂ ਲਏ ਹਨ, ਜਾਣੀ ਸਮਾਏ ਪੂਰਨ ਪੁਰਖ, ਉਹ ਜਿਹੜੇ ਸਮਾਏ ਹੁੰਦਾ ਵੀ ਇੱਕ ਦੋ 'ਚ ਮਿਲ ਜਾਣਾ, ਸਮਾ ਜਾਣਾ ਉਹਦੇ 'ਚ, ਇੱਕ 'ਚ ਸਮਾ ਜਾਣਾ। ਸਮਾਏ ਪੂਰਨ ਪੁਰਖ, ਪੂਰਨ ਪੁਰਖ ਕੀ ਹੈਗੇ ਨੇ, ਜਿਹੜੇ ਗੁਰਮੁਖ ਹੈਗੇ ਨੇ, ਜਿਹਨਾਂ ਦੇ ਜਿਹੜਾ ਗੁਰ ਹੁੰਦਾ ਢੰਗ ਲੋਜੀਕਲ ਰੀਜਨਿੰਗ, ਮੁੱਖ ਹੁੰਦਾ ਮੂੰਹ। ਜਿਹੜੇ ਆਦਮੀ ਲੋਜੀਕਲ ਰੀਜਨਿੰਗ ਨਾਲ ਬੋਲਦੇ ਨੇ ਉਹ ਅਕਾਲ ਪੁਰਖ ਦੇ ਸਪੋਕਸਮੈਨ ਬਣ ਜਾਂਦੇ, ਉਹਦੇ ਟੰਡੋਰਚੀ ਬਣ ਜਾਂਦੇ ਨੇ। ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣਿਆ, ਉਹਨੇ ਕਰਤੇ ਨੇ ਆਪੇ ਹੀ ਉਹਨੂੰ ਪਛਾਣ ਲਿਆ ਹੈਗਾ, ਅਤੇ ਆਪੇ ਉਹਦੇ ਉਹਨੂੰ ਪਛਾਣ ਕੇ ਤਾਂ ਆਪਣੇ ਨਾਲ ਮਿਲਾ ਲਿਆ ਹੈਗਾ।
ਤੈ ਸੁਨੇ ਸਹਿਜ ਸਮਾਧ ਲਾਗੀ ਏਕ ਏਕ ਵਖਾਣਿਆ। ਅੱਛਾ, ਸੁਨੇ ਵਿਕਾਰਾਂ ਵੱਲੋਂ ਸੁਨ। ਅੱਛਾ, ਇਹ ਹੈਗਾ ਤੈ ਸੁਨ ਸਹਿਜ ਸਮਾਧੇ। ਉਹ ਫਿਰ ਜਿਹੜੇ ਨਾ ਉਹ ਸਹਿ ਤੈ ਉਹ ਸੁਨ ਸਹਿਜ, ਯਾਨੀ ਕਿ ਉਹ ਸਹਿਜ ਦੇ ਵਿੱਚ ਉਹ ਰਚ ਜਾਂਦੇ ਨੇ। ਜਿਹੜੀ ਸਹਿਜ ਅਵਸਥਾ ਹੈਗੀ ਉਹ ਹੈਗੀ ਜਦੋਂ ਆਦਮੀ ਆਪਣੀ ਚਤਰਾਈ ਨਹੀਂ ਚਲਾਉਂਦਾ ਅਤੇ ਅਕਾਲ ਪੁਰਖ ਦੇ ਪਾਣੀ ਚੱਲਦਾ ਹੈਗਾ। ਅਕਾਲ ਪੁਰਖ ਦੇ ਪਾਣੀ ਚੱਲਣ ਲਈ ਲੌਜੀਕਲ ਰੀਜਨਿੰਗ ਚਾਹੀਦੀ ਹੈਗੀ ਵੀ ਕਿਉਂ ਕਰ ਰਿਹਾ ਮੈਂ। ਜਦੋਂ ਉਹਨੂੰ ਪਤਾ ਲੌਜੀਕਲ ਰੀਜਨਿੰਗ ਉਹਦੇ ਪੱਲੇ ਪੈ ਜਾ, ਫਿਰ ਉਹਨੂੰ ਲੋਗੋ ਕਹਿੰਦੇ ਨੇ। ਲੋਗੋ ਹੁੰਦਾ ਹਿਜ ਵਰਡ। ਤੈ ਸੁਨ ਸਹਿਜ ਸਮਾਧੀ, ਪਰ ਉਹ ਸਹਿਜ ਹੀ ਉਹਨੇ ਫਿਰ ਸਮਾਧੀ ਲਾ ਕੇ ਨਾ ਲਾਗੀ ਏਕ ਏਕ ਵਿਖਾਣਿਆ, ਉਹਨੇ ਇੱਕੋ ਦਾ ਨਾਂ ਹੀ ਉਹਦੀ ਵਿਆਖਿਆ ਕੀਤੀ, ਦੂਜੇ ਮਾਇਆ ਦੀ ਨਹੀਂ ਕੀਤੀ। ਅਜੇ ਆ ਜਾਂਦੇ ਗੁਰਦੁਆਰਿਆਂ 'ਚ ਸਿੱਖ ਕੌਮ ਅਤੇ ਸਾਡੀ ਰਾਜਧਾਨੀ ਬਣੂਗੀ, ਆਹ ਬਣੂਗੀ, ਇਹ ਦੂਜੇ ਦੀ ਵਿਖਿਆ ਇੰਨੇ ਕਰ ਰਹੇ ਨੇ, ਇੱਕ ਇੱਕ ਦੀ ਥੋੜ੍ਹੀ ਕਰ ਰਹੇ ਨੇ। ਅਤੇ ਇਹ ਹੈਗੇ ਨੇ ਚਤਕ ਚਲਾਕ, ਇਹ ਆਪਣੀ ਵਡਿਆਈ। ਆਪ ਗੁਪਤਾ ਆਪ ਮੁਕਤਾ, ਆਪ ਆਪ ਵਿਖਾਣਾ। ਆਪ ਗੁਪਤਾ, ਆਪ ਗੁਪਤਾ ਹੈਗਾ ਤੁਹਾਡੇ ਅੰਦਰ ਹੈਗਾ, ਗੁਪਤਾ ਹੈਗਾ। ਆਪ ਮੁਕਤਾ ਤੁਹਾਨੂੰ ਮੁਕਤਾ ਬਣਾਉਂਦਾ ਹੈਗਾ, ਜਿੱਦਾਂ ਦੇ ਪਿਓ ਉੱਦਾਂ ਦਾ ਪੁੱਤਰ। ਯੂ ਆਰ ਮੇਡ ਦੀ ਸਮਸ ਆਫ ਦੀ ਮੋਸਟ ਹਾਈ। ਆਪ ਆਪੇ ਆਪ ਵਿਖਾਣਾ, ਉਹ ਆਪੇ ਤੁਹਾਨੂੰ ਉਹ ਫਿਰ ਪ੍ਰਚਾਰ ਕਰਾਉਂਦਾ ਹੈਗਾ। ਵਿਖਾਣਾ ਉਹ ਬੇਨੀ ਆਪਣੇ ਤੁਹਾਨੂੰ ਜਿਹੜਾ ਹੈਗਾ ਨਾ ਅਕਾਲ ਪੁਰਖ ਹੈ, ਤੁਹਾਡੇ ਅੰਦਰ ਤਦੇ ਹੀ ਪਤਾ ਲੱਗੂ ਜਦੋਂ ਮੂੰਹ ਤੋਂ ਕੁਛ ਬੋਲੋਗੇ ਤੁਸੀਂ। ਜੇ ਤੁਸੀਂ ਬੋਲਿਆ ਆਲ ਪਤਾ, ਫਿਰ ਅੰਦਰ ਅਕਾਲ ਪੁਰਖ ਥੋੜ੍ਹਾ ਬੈਠਾ, ਫਿਰ ਤਾਂ ਬੈਠਾ ਨਾ। ਇਸ ਕਰਕੇ ਉਹ ਮੂੰਹ ਤੋਂ ਬੋਲਣ ਤੋਂ ਫਿਰ ਪਤਾ ਲੱਗਦਾ ਵੀ ਅੰਦਰ ਪ੍ਰਭੂ ਬੈਠਾ ਇਹਦੇ। ਨਾਨਕ ਪਰਮ ਬੈ ਗੁਣ ਬਨਾਸੇ, ਨਾਨਕ ਕਹਿੰਦੇ ਭਰਮ ਅਤੇ ਭੈ ਜਿਹੜੇ ਨਾ, ਭਰਮ ਜਿਹੜੇ ਹੈਗੇ ਨੇ, ਸ਼ੱਕ ਹੁੰਦਾ ਮਨ ਨੂੰ, ਸ਼ੱਕ ਹੁੰਦਾ ਜਿਹੜਾ ਮਨਮੁੱਖ ਹੋਵੇ ਜਾਂ ਸਨਮੁੱਖ ਹੋਵੇ ਉਹਨੂੰ ਸ਼ੱਕ ਹੁੰਦਾ ਹੈਗਾ, ਡਾਊਟਿੰਗ। ਅਤੇ ਜਿਹੜਾ ਹੁੰਦਾ ਹੈਗਾ ਗੁਰਮੁਖ, ਉਹਨੂੰ ਕੋਈ ਨਹੀਂ ਡਾਊਟ ਹੁੰਦਾ, ਉਹ ਇੱਕ ਹੁੰਦਾ ਅਕਾਲ ਪੁਰਖ ਨਾਲ। ਸੋ ਨਾਨਕ ਭਰਮ ਬੈ, ਜਿਹੜਾ ਬੈ ਹੈਗਾ ਨਾ ਗੁਰਮੁਖ, ਗੁਰਮੁਖ ਦਾ ਭੈ ਹੁੰਦਾ ਹੈਗਾ ਮਨਮੁੱਖ ਨੂੰ, ਅਤੇ ਗੁਰਮੁਖ ਨੂੰ ਹੁੰਦਾ ਭਾਉ। ਡਰ ਹੁੰਦਾ ਬੇਮੁੱਖ ਨੂੰ, ਭੈ ਹੁੰਦਾ ਮਨਮੁੱਖ ਨੂੰ, ਅਤੇ ਭਾਉ ਹੁੰਦਾ ਗੁਰਮੁਖ ਨੂੰ ਵੀ ਕਿਤੇ ਤੂੰ ਮੇਰੇ ਤੋਂ ਗਲਤੀ ਨਾ ਹੋ ਜਾਏ। ਅਤੇ ਇਹ ਜਿਹੜਾ ਭੈ ਜਿਹੜਾ ਹੈ ਨਾ, ਜਦੋਂ ਆਦਮੀ ਗੁਰਮੁਖ ਬਣ ਜਾਂਦਾ ਇਹ ਸਭ ਦੌੜ ਜਾਂਦੇ ਨੇ, ਭਰਮ ਅਤੇ ਭੈ ਦੋਨੋਂ ਦੌੜ ਜਾਂਦੇ ਨੇ। ਗੁਣ ਬਨਾਸੇ ਮਿਲ ਜਲ ਜਲੋ ਖਟਾਣਾ, ਅਤੇ ਤੁਸੀਂ ਫਿਰ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਜਾਂਦੇ ਹੈ ਕਿ ਉੱਥੇ ਨਾ ਭਰਮ ਰਹਿੰਦਾ ਅਤੇ ਨਾ ਭੈ ਰਹਿੰਦਾ ਹੈਗਾ। ਉੱਥੇ ਫਿਰ ਤੁਸੀਂ ਨਿਰਭਉ ਬਣ ਜਾਂਦੇ ਹੈ, ਨਿਰਭੈ ਅਤੇ ਨਿਰਭਉ। ਅਤੇ ਉਹ ਅਕਾਲ ਪੁਰਖ ਜਿੱਦਾਂ ਦਾ ਅਕਾਲ ਪੁਰਖ ਉੱਦਾਂ ਦੇ ਪੁੱਤਰ, ਇਹ ਹੈਗੀ ਇਹਦੀ ਵਿਆਖਿਆ।
ਚੁੱਪ ਨਹੀਂ ਹੈ ਤਾਂ ਗੱਲਾਂ ਨਹੀਂ ਆਉਂਦੀਆਂ ਸਾਨੂੰ।